ਡਾਕਟਰ ਧਾਲੀਵਾਲ ਸਾਹਿਬ, ਦੋ ਦਿਨਾਂ ਦਾ ਲਗਭਗ ਸਮਾਂ ਬਾਕੀ ਹੈ ਤੁਹਾਡੇ ਕੋਲੇ ਪ੍ਰਚਾਰ ਦਾ, ਕਿੱਥੇ ਖੜੇ ਹੋ ਅੱਜ? ਆਮ ਆਦਮੀ ਪਾਰਟੀ ਆਉਣ ਵਾਲੀ 23 ਤਰੀਕ ਨੂੰ ਬੜੀ ਵੱਡੀ ਬਹੁਮਤ ਨਾਲ ਜਿੱਤਣ ਜਾ ਰਹੀ ਹੈ, ਬੜੀ ਵੱਡੀ ਲੀਡ ਨਾਲ ਜਿੱਤਣ ਜਾ ਰਹੀ ਹੈ। ਕਿਹੜੇ ਕੰਮਾਂ ਦੇ ਆਧਾਰ ਤੇ ਤੁਸੀਂ ਵੋਟ ਮੰਗ ਰਹੇ ਹੋ? ਕਿਉਂਕਿ ਵਿਰੋਧੀ ਕਹਿੰਦੇ ਕਿ ਕੰਮ ਜਿਹੜਾ ਪੰਜਾਬ ਦੇ ਵਿੱਚ ਚੰਗੀ ਤਰ੍ਹਾਂ ਹੋਇਆ ਹੀ ਨਹੀਂ। ਕੰਮ ਵਿਰੋਧੀਆਂ ਦਾ ਜਿਹੜਾ ਅੱਖਰ ਹੀ ਤੁਸੀਂ ਵਰਤ ਲਿਆ ਵੀ ਵਿਰੋਧੀ, ਉਹਨਾਂ ਦਾ ਵਿਰੋਧ ਹੀ ਕਰਨਾ। ਆਮ ਆਦਮੀ ਪਾਰਟੀ ਇੱਥੇ ਜਿਹੜੀਆਂ ਵੋਟਾਂ ਮੰਗ ਰਹੀ ਹੈ 2.5 ਸਾਲਾਂ ਦੇ ਲਈ ਮੰਗ ਰਹੀ ਹੈ, ਤੁਹਾਨੂੰ ਲੱਗਦਾ ਕਿ 2.5 ਸਾਲਾਂ ਦੇ ਲਈ ਮੌਕਾ ਦੁਬਾਰਾ ਦੇਣਗੇ ਲੋਕ ਤੁਹਾਨੂੰ? ਕੇਜਰੀਵਾਲ ਨੇ ਵੀ ਪਿਛਲੇ ਦਿਨ ਕਿਹਾ ਸੀ ਕਿ ਪੰਜਾਬ 'ਚ ਨਸ਼ਾ ਬਹੁਤ ਹੈ, ਲੋਕਾਂ ਨੂੰ ਸਾਥ ਦੇਣਾ ਚਾਹੀਦਾ, ਅਤੇ ਉਹ ਕਹਿ ਰਹੇ ਨੇ ਕਿ ਨਸ਼ਾ ਜੇ ਅੱਜ ਵੀ ਨਹੀਂ ਮੁੱਕਿਆ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ੇ ਦੇ ਮੁੱਦੇ ਦੀ ਸਰਕਾਰ ਬਣਾਈ ਸੀ, ਫਿਰ ਅੱਜ ਕਿਉਂ ਨਹੀਂ ਰੋਕ ਸਕੀ? ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ੇ 'ਤੇ ਕੰਮ ਕੀਤਾ ਉਹ ਅੱਜ ਤੱਕ ਨਹੀਂ ਹੋਇਆ। ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਨ ਸਭਾ ਦੇ ਉਮੀਦਵਾਰ ਹਰਿੰਦਰ ਧਾਲੀਵਾਲ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਧਾਲੀਵਾਲ ਸਾਹਿਬ, ਦੋ ਦਿਨਾਂ ਦਾ ਲਗਭਗ ਸਮਾਂ ਬਾਕੀ ਹੈ ਤੁਹਾਡੇ ਕੋਲੇ ਪ੍ਰਚਾਰ ਦਾ, ਕਿੱਥੇ ਖੜੇ ਹੋ ਅੱਜ? ਇਹ ਤਾਂ ਗੁਰਪ੍ਰੀਤ ਜੀ, ਤੁਸੀਂ ਅੱਜ ਲੋਕਾਂ ਦੇ ਇਕੱਠ ਨੇ ਦੱਸ ਹੀ ਦਿੱਤਾ ਵੀ ਆਮ ਆਦਮੀ ਪਾਰਟੀ ਆਉਣ ਵਾਲੀ 23 ਤਰੀਕ ਨੂੰ ਬੜੀ ਵੱਡੀ ਬਹੁਮਤ ਨਾਲ ਜਿੱਤਣ ਜਾ ਰਹੀ ਹੈ, ਬੜੀ ਵੱਡੀ ਲੀਡ ਨਾਲ ਜਿੱਤਣ ਜਾ ਰਹੀ ਹੈ। ਕਿਹੜੇ ਕੰਮਾਂ ਦੇ ਆਧਾਰ 'ਤੇ ਤੁਸੀਂ ਵੋਟ ਮੰਗ ਰਹੇ ਹੋ? ਕਿਉਂਕਿ ਵਿਰੋਧੀ ਕਹਿੰਦੇ ਕਿ ਕੰਮ ਜਿਹੜਾ ਪੰਜਾਬ ਦੇ ਵਿੱਚ ਚੰਗੀ ਤਰ੍ਹਾਂ ਹੋਇਆ ਹੀ ਨਹੀਂ। ਕੰਮ ਵਿਰੋਧੀਆਂ ਦਾ ਜਿਹੜਾ ਅੱਖਰ ਹੀ ਤੁਸੀਂ ਵਰਤ ਲਿਆ ਵੀ ਵਿਰੋਧੀ, ਉਹਨਾਂ ਦਾ ਵਿਰੋਧ ਹੀ ਕਰਨਾ। ਕੰਮ ਲੋਕਾਂ ਨੂੰ ਪਤਾ, ਜਿਨ੍ਹਾਂ ਦੇ ਲੋਕਾਂ ਦੇ ਕੰਮ ਹੋਏ ਆ, ਲੋਕ ਗਵਾਹੀਆਂ ਭਰਦੇ ਆ ਵੀ ਕੋਈ ਕਹਿੰਦਾ ਇਹ 35 ਸਾਲਾਂ ਬਾਅਦ ਹੋਇਆ, ਕੋਈ ਕਹਿੰਦਾ ਇਹ 40 ਸਾਲਾਂ ਬਾਅਦ ਹੋਇਆ, ਕੋਈ ਕਹਿੰਦਾ ਜ਼ਿੰਦਗੀ 'ਚ ਪਹਿਲੀ ਵਾਰ ਹੋਇਆ, ਕਿਸੇ ਨੇ ਸੋਚਿਆ ਸੀ ਵੀ ਬਰਨਾਲਾ ਪੰਜਾਬ ਦੇ ਵਿੱਚ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਸਕਦੇ ਆ? ਕੋਈ ਨਹੀਂ ਸੀ ਇਹ ਗੱਲ ਮੰਨਦਾ ਵੀ ਬਿਜਲੀ ਦਾ ਬਿੱਲ ਤਾਂ ਜ਼ੀਰੋ ਆ ਹੀ ਨਹੀਂ ਸਕਦਾ, ਉਹ ਵੀ ਜ਼ੀਰੋ ਆਉਂਦੇ ਆ। ਕਦੇ ਸੁਣਿਆ ਸੀ ਵੀ ਟੋਲ ਪਲਾਜ਼ਾ ਵੀ ਬੰਦ ਹੋ ਜਾਂਦਾ ਕਿਸੇ ਸਟੇਟ 'ਚ? ਅੱਜ ਤੱਕ ਜਿਹੜਾ ਟੋਲ ਪਲਾਜ਼ਾ ਕੇਰਾਂ ਲੱਗ ਗਿਆ, ਇਹ ਤਾਂ ਸੁਣਿਆ ਸੀ ਵੀ ਉੱਥੇ ਪੱਕਾ ਹੀ ਲੱਗਿਆ ਰਹਿੰਦਾ, ਉਹ ਵੀ ਬੰਦ ਹੋਣ ਲੱਗ ਗਏ। ਲੋਕਾਂ ਕੋਲ ਨਹਿਰੀ ਪਾਣੀ ਪਹੁੰਚ ਗਿਆ, ਲੋਕਾਂ ਕੋਲ ਮੋਟਰਾਂ ਵਾਲੀ ਲਾਈਟ ਸੀ, ਕਿਸੇ ਨੇ ਸੋਚਿਆ ਸੀ? ਉਹੀ ਗ੍ਰਿੱਡ ਨੇ, ਉਹੀ ਬਿਜਲੀ ਦੀਆਂ ਤਾਰਾਂ ਨੇ, ਹੁਣ ਕਿਵੇਂ 8 ਤੋਂ 10 ਘੰਟੇ 12-12 ਘੰਟੇ ਵੀ ਚੱਲ ਜਾਂਦੇ, ਲੋਕ ਕਹਿੰਦੇ ਬੰਦ ਕਰਕੇ ਆਉਣੇ ਆ ਅਤੇ ਆਉਂਦੇ ਵੀ ਦਿਨ ਟਾਈਮ ਹੈ। ਸੋ ਉਹਨਾਂ ਦੇ ਕਹਿਣ ਨਾਲ ਨਹੀਂ, ਲੋਕਾਂ ਦੇ ਕੰਮ ਹੋਇਆ, ਇਹ ਗਰਾਊਂਡ 'ਤੇ ਕੰਮ ਹੋਇਆ, ਇਹ ਕੋਈ ਮੇਰੇ ਮਾਈਕ 'ਤੇ ਕਹਿਣ ਨਾਲ ਵੀ ਨਹੀਂ। ਜਨਤਾ ਬੜੀ ਸਮਝਦਾਰ ਆ, ਲੋਕ ਬੜੇ ਸਮਝਦਾਰ ਹੈ, ਇਹ ਦੇਖ ਰਹੇ ਆ ਇਹਨਾਂ ਨਾਲ ਕੰਮ ਹੋਏ ਨੇ ਤਾਂ ਇਹ ਆਮ ਆਦਮੀ ਪਾਰਟੀ ਦੇ ਨਾਲ ਨੇ। ਆਮ ਆਦਮੀ ਪਾਰਟੀ ਇੱਥੇ ਜਿਹੜੀਆਂ ਵੋਟਾਂ ਮੰਗ ਰਹੀ ਹੈ 2.5 ਸਾਲਾਂ ਦੇ ਲਈ ਮੰਗ ਰਹੀ ਹੈ, ਤੁਹਾਨੂੰ ਲੱਗਦਾ ਕਿ 2.5 ਸਾਲਾਂ ਦੇ ਲਈ ਮੌਕਾ ਦੁਬਾਰਾ ਦੇਣਗੇ ਲੋਕ ਤੁਹਾਨੂੰ? ਬਿਲਕੁਲ ਦੇਣਗੇ ਜੀ, ਪਿਛਲੇ 2.5 ਸਾਲਾਂ ਦਾ ਕੰਮ ਦੇਖ ਕੇ ਰਹਿੰਦੇ 2.5 ਸਾਲਾਂ ਦਾ ਸਮਾਂ ਵੀ ਆਮ ਆਦਮੀ ਪਾਰਟੀ ਨੂੰ ਦੇਣਗੇ। ਮੀਤ ਹੈਰ ਲਗਾਤਾਰ ਪਿੰਡਾਂ ਦੇ ਵਿੱਚ ਜਾ ਕੇ ਤੁਹਾਡੇ ਲਈ ਪ੍ਰਚਾਰ ਕਰਦੇ ਨੇ ਕਿ ਫਿਊਜ ਬਲਬ ਨਾ ਕੋਈ ਚੁਣ ਲਿਓ, ਇੱਕ ਕਨੈਕਸ਼ਨ ਆ ਜਿਹੜਾ ਸਰਕਾਰ ਦੇ ਨਾਲ ਉਹ ਰੱਖਿਓ, ਤੁਹਾਨੂੰ ਲੱਗਦਾ ਕਿ ਕਨੈਕਸ਼ਨ ਦੇ ਨਾਲ ਜੇ ਇੱਥੇ ਪਹਿਲਾਂ ਸਰਕਾਰ ਚੱਲ ਰਹੀ ਸੀ, ਇਸ ਤੋਂ ਬਾਅਦ ਵੀ ਇਹ ਸਰਕਾਰ ਚੱਲ ਸਕਦੀ ਹੈ? ਕਿਉਂਕਿ ਵਿਰੋਧੀਆਂ ਦਾ ਕਹਿਣਾ ਹੈ ਕਿ ਮੀਤ ਹੈਰ ਨੇ ਪਿੰਡਾਂ ਦੇ ਵਿੱਚ ਜਾਂ ਕਹਿ ਲਈਏ ਇਲਾਕੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ, ਭਾਵੇਂ ਕੋਈ ਵੱਡਾ ਹਸਪਤਾਲ ਲਿਆਉਣ ਦਾ ਹੋਵੇ ਜਾਂ ਫਿਰ ਕੋਈ ਵੱਡੀ ਇੱਥੇ ਫੈਕਟਰੀ ਲਿਆਉਣ ਦਾ ਹੋਵੇ, ਉਸ ਤਰ੍ਹਾਂ ਦਾ ਕੋਈ ਕੰਮ ਨਹੀਂ ਹੋਇਆ। ਤੁਸੀਂ ਲੋਕਾਂ ਨੇ ਸਰਕਾਰ 5 ਸਾਲਾਂ ਲਈ ਬਣਾਈ ਹੈ, ਇਹ ਇਲੈਕਸ਼ਨ ਚਲੋ ਬਾਈ ਇਲੈਕਸ਼ਨ ਆ ਗਿਆ, ਕਿਤੇ ਕਾਗਜ਼ਾਂ ਦੇ ਵਿੱਚ ਇਲੈਕਸ਼ਨ ਨਹੀਂ। ਜਿਹੜੇ ਲੋਕ ਇਹ ਕਹਿੰਦੇ ਆ ਉਹ ਉਸੇ ਪਿੰਡ ਦੀ ਸੱਥ 'ਚ, ਉਹ ਜਾ ਕੇ ਧਨੌਲੇ, ਉਹ ਜਾ ਕੇ ਹਰੀਗੜ੍ਹ, ਉਹ ਜਾ ਕੇ ਭੂਰੇ ਇਹ ਗੱਲ ਸੱਥ ਦੇ ਵਿੱਚ ਖੜ ਕੇ ਕਹਿ ਦੇਣ ਵੀ ਆਮ ਆਦਮੀ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ, ਅਤੇ ਅਸੀਂ ਕਹਿੰਦੇ ਹਾਂ ਵੀ ਜੇ ਉਦੋਂ ਜਿੰਨਾ ਪੈਸਾ ਜਾਂ ਜਿੰਨਾ ਵਿਕਾਸ ਇਹਨਾਂ 2.5 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੀਤਾ, ਪਿੰਡ ਦੀ ਸੱਥ ਜਾ ਕੇ ਕਹਿ ਦੇਣ, ਉਦੋਂ 10 ਗੁਣਾ 10ਵਾਂ ਹਿੱਸਾ ਵੀ ਕਿਸੇ ਨੇ ਕੀਤਾ ਹੋਵੇ ਆਪਦੇ 5 ਸਾਲਾਂ ਜਾਂ 10 ਸਾਲਾਂ ਦੇ ਕਾਰਜਕਾਲ 'ਚ, ਤਾਂ ਵੋਟ ਉਹਨੂੰ ਪਾ ਦਿਓ। ਇਹ ਕੌਨਫੀਡੈਂਸ ਤਾਂ ਆਉਂਦਾ ਜੇ ਲੋਕਾਂ ਦੇ ਉੱਥੇ ਕੰਮ ਹੋਏ ਹੈ, ਜੇ ਇੱਕ ਪਿੰਡ ਦੇ ਵਿੱਚ 10-10 12-12 ਕਰੋੜ ਰੁਪਈਆ ਲੱਗਿਆ, ਉਹ ਲੋਕਾਂ ਦੇ ਕੰਮਾਂ 'ਤੇ ਲੱਗਿਆ, ਉਹ ਲੋਕਾਂ ਨੂੰ ਪਤਾ ਕਿੱਥੇ ਲੱਗਿਆ, ਤਾਂ ਕਰਕੇ ਲੋਕ ਉਹਨਾਂ ਦੀ ਗੱਲ 'ਤੇ ਯਕੀਨ ਨਹੀਂ ਕਰਦੇ। ਕੇਜਰੀਵਾਲ ਨੇ ਵੀ ਪਿਛਲੇ ਦਿਨ ਕਿਹਾ ਸੀ ਕਿ ਪੰਜਾਬ 'ਚ ਨਸ਼ਾ ਬਹੁਤ ਹੈ, ਲੋਕਾਂ ਨੂੰ ਸਾਥ ਦੇਣਾ ਚਾਹੀਦਾ, ਅਤੇ ਉਹ ਕਹਿ ਰਹੇ ਨੇ ਕਿ ਨਸ਼ਾ ਜੇ ਅੱਜ ਵੀ ਨਹੀਂ ਮੁੱਕਿਆ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ੇ ਦੇ ਮੁੱਦੇ ਦੀ ਸਰਕਾਰ ਬਣਾਈ ਸੀ, ਫਿਰ ਅੱਜ ਕਿਉਂ ਨਹੀਂ ਰੋਕ ਸਕੀ? ਨਸ਼ੇ 'ਤੇ
ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ੇ 'ਤੇ ਕੰਮ ਕੀਤਾ ਉਹ ਅੱਜ ਤੱਕ ਨਹੀਂ ਹੋਇਆ। ਕਦੇ ਜਿਹੜੇ ਨਸ਼ਾ ਵੇਚਣ ਵਾਲੇ ਲੋਕ ਸੀ ਉਹ ਉਹਨਾਂ 'ਤੇ ਪਰਚਾ ਹੋ ਜਾਂਦਾ ਸੀ, ਉਹ ਛੱਡ ਕੇ ਬਾਹਰ ਆ ਜਾਂਦੇ ਸੀ। ਕੋਈ ਵੀ ਇੱਕ ਐਗਜ਼ਾਮਪਲ ਦਿਖਾ ਦਿਓ ਵੀ ਕਿਸੇ ਨੇ ਨਸ਼ੇ ਦੇ ਆਮ ਆਦਮੀ ਪਾਰਟੀ ਦੇ ਕਿਸੇ ਵਰਕਰ ਨੇ ਜਾਂ ਕਿਸੇ ਲੀਡਰ ਨੇ ਕਿਸੇ ਨਸ਼ੇ ਵੇਚਣ ਵਾਲੇ ਦਾ ਸਾਥ ਦਿੱਤਾ ਹੋਵੇ। ਸਾਰੇ ਜੇਲ੍ਹਾਂ ਦੇ ਵਿੱਚ ਫੜ ਕੇ ਅੰਦਰ ਜਾ ਰਹੇ ਹੈ। ਪਹਿਲੀ ਸਰਕਾਰ ਹੈ ਜਿਹਨੇ ਉਹਨਾਂ ਦੀਆਂ ਪ੍ਰੋਪਰਟੀਆਂ ਜ਼ਬਤ ਕੀਤੀਆਂ, ਕੁਰਕ ਕੀਤੀਆਂ ਅਤੇ ਜਿੰਦੇ ਲਾਏ ਨੇ। ਜਿਉਂ ਜਿਉਂ ਸਭਾ ਨੇੜੇ ਆ ਰਿਹਾ ਤੁਹਾਡੇ ਪੁਰਾਣੇ ਸਾਥੀ ਵੀ ਤੁਹਾਡੇ 'ਤੇ ਹੋਰ ਹਮਲਾਵਰ ਹੋ ਰਹੇ ਆ, ਗੁਰਦੀਪ ਬਾਠ। ਉਹ ਤਾਂ ਪਹਿਲੇ ਦਿਨ ਤੁਸੀਂ ਹਮਲਾਵਰ ਨੇ, ਉਹਨਾਂ ਦੇ ਹਮਲੇ ਨਾਲ ਕੋਈ ਉਹ ਨਹੀਂ ਨਾ ਕਿਸੇ ਗੱਲ 'ਚ। ਜਦੋਂ ਇੱਕ ਝੂਠ ਨੂੰ ਦੁਬਾਰਾ ਦੁਬਾਰਾ ਬੋਲੀ ਜਾਓ, ਹੋਰ ਕੋਈ ਕੰਮ ਦੱਸ ਰਹੇ ਆ ਉਹ ਵੀ ਉਹਨਾਂ ਨੇ 2.5 ਸਾਲਾਂ 'ਚ ਕੀ ਕੀਤਾ, ਉਹ ਵੀ ਸਰਕਾਰ 'ਚ ਸੀਗੇ। ਕੋਈ ਇੱਕ ਕੰਮ ਗਣਾ ਦੇਣ ਵੀ ਹਾਂ ਮੈਂ ਇਹਦੀ ਪੈਰਵਾਈ ਕੀਤੀ ਹੋਵੇ, ਮੈਂ ਇਹਦੀ ਫਾਈਲ ਲੈ ਕੇ ਕਦੇ ਫਲਾਣੇ ਮੰਤਰੀ ਕੋਲ ਗਿਆ ਹੋਵਾਂ, ਮੈਂ ਇਹਦੀ ਫਾਈਲ ਲੈ ਕੇ CM ਸਾਹਿਬ ਕੋਲ ਅਪਰੋਚ ਕੀਤੀ ਹੋਵੇ, ਜਾਂ ਮੈਂ ਇਹ ਫਾਈਲ ਇੱਥੋਂ ਪਾ। ਕੋਈ ਕਹਿਣ ਨੂੰ ਕੰਮ ਨਹੀਂ ਹੈ, ਕੋਈ ਕਹਿਣ ਨੂੰ ਗੱਲ ਨਹੀਂ ਹੈ, ਸਿਰਫ ਅਤੇ ਸਿਰਫ ਨੈਗੇਟਿਵ ਰਾਜਨੀਤੀ ਹੈ। ਅਸੀਂ ਨੈਗੇਟਿਵ ਰਾਜਨੀਤੀ ਨਹੀਂ ਕਰਦੇ, ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ। ਅਸੀਂ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੋਂ, ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤੋਂ ਇਹੀ ਚੀਜ਼ ਸਿੱਖੀ ਆ ਵੀ ਕੰਮਾਂ ਦੀ ਰਾਜਨੀਤੀ ਕਰੋ। ਅਸੀਂ ਸਿਰਫ ਕੰਮਾਂ ਦੀ ਰਾਜਨੀਤੀ ਕਰ ਰਹੇ ਹਾਂ। ਮੁਕਾਬਲੇ 'ਚ ਮੰਨਦੇ ਹੋ ਕਿ ਨਹੀਂ? ਮੁਕਾਬਲੇ 'ਚ ਜੀ ਲੋਕਾਂ ਨੇ ਮੰਨਣਾ ਹੁੰਦਾ, ਲੋਕ ਡਿਸਾਈਡ ਕਰਦੇ ਹੁੰਦੇ ਵੀ ਕੌਣ ਮੁਕਾਬਲੇ 'ਚ ਹੈਗਾ ਕੌਣ ਨਹੀਂ। ਚੰਗੀ ਤਰ੍ਹਾਂ ਜਾਣਦੇ ਹੋਵੋਗੇ ਤੁਹਾਡੇ ਨਾਲ ਰਹੇ ਇੰਨੀ ਕੁ ਵੋਟ ਲੈ ਜਾਣਗੇ ਕਿ ਤੁਹਾਨੂੰ ਹਰਾ ਸਕਣ? ਨਹੀਂ 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 ਨਹੀਂ, ਕੋਈ ਨੇੜੇ ਤੇੜੇ ਵੀ ਨਹੀਂ ਹੈਗੇ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਸਾਡੇ ਨਾਲ ਹਰਿੰਦਰ ਸਿੰਘ ਧਾਲੀਵਾਲ, ਉਮੀਦਵਾਰ ਨੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ, ਜਿਨ੍ਹਾਂ ਨੇ ਕਿਹਾ ਕਿ ਉਹ ਜ਼ਰੂਰ ਇਸ ਹਲਕੇ ਦੇ ਵਿੱਚੋਂ ਜਿੱਤ ਪ੍ਰਾਪਤ ਕਰਨਗੇ। ਪਰ 23 ਤਰੀਕ ਨੂੰ ਜੋ ਨਤੀਜਾ ਹੋਵੇਗਾ ਉਸ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ।